हेलो स्टूडेंट्स स्वागत ਕਰਦੇ ਆਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ HiFi Exam Study ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਹਿਸਟਰੀ ਦੀ ਤਿਆਰੀ ਕਰ ਰਹੇ ਆਂ ਮੇਰਾ ਅੱਜ ਦਾ ਟਾਪਿਕ ਹੈ ਪਾਂਡਯਾ ਵੰਸ਼ ਤੇ ਮੇਰਾ ਪਾਂਡਯਾ ਵੰਸ਼ ਦੇ ਵਿੱਚ ਸੰਗਮ ਕਾਲ ਤੇ ਹੈ ਇਹ ਵੀਡੀਓ ਮੈਂ ਇਸ ਵੀਡੀਓ ਤੇ ਵਿੱਚ ਸੰਗਮ ਕਾਲ ਨਾਲ ਜੁੜਿਆ ਬਹੁਤ ਹੀ ਇੰਪੋਰਟੈਂਟ MCQ ਲੈ ਕੇ ਆਈ ਆਂ ਸੋ ਤੁਸੀਂ ਮੇਰੀ ਇਸ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜ਼ਰੂਰ ਦੇਖਣਾ ਚਲੋ ਸ਼ੁਰੂ ਕਰਦੇ ਆਂ ਆਪਣਾ ਅੱਜ ਦਾ ਵੀਡੀਓ ਕਵੈਸਚਨ ਨੰਬਰ 1 ਸੰਗਮ ਕਾਲ ਦਾ ਪਹਿਲਾ ਰਾਜਾ ਨੀਡੀਆਂ ਸੀ ਇਸ ਬਾਰੇ ਸਾਨੂੰ ਕਿਸ ਨੇ ਦੱਸਿਆ ਕਿਸ ਤੋਂ ਪਤਾ ਚੱਲਦਾ ਹੈ ਆਪਾਂ ਨੂੰ ਇਸ ਬਾਰੇ ਵਿੱਚ ਕਿ ਸੰਗਮ ਕਾਲ ਦਾ ਪਹਿਲਾ ਰਾਜਾ ਨੀਡੀਆਂ ਸੀ ਇਸ ਦਾ ਸਾਨੂੰ ਪਤਾ ਚੱਲਦਾ ਹੈ ਪਗੂਤੀ ਮਾਰੂਦਾਨ ਆਪਸ਼ਨ 4 ਪੁੱਗੂ ਗਤੀ ਮਾਰੂਦਾਨ ਤੋਂ ਪਤਾ ਚੱਲਦਾ ਹੈ ਕਿ ਸੰਗਮ ਕਾਲ ਦਾ ਪਹਿਲਾ ਰਾਜਾ ਨੀਡੀਆਂ ਹੋਇਆ ਸੀ ਕਵੈਸਚਨ ਨੰਬਰ 2 ਸੰਗਮ ਕਾਲ ਦਾ ਪ੍ਰਸਿੱਧ ਰਾਜਾ ਕਿਹੜਾ ਸੀ ਪ੍ਰਸਿੱਧ ਰਾਜਾ ਪਹਿਲਾ ਰਾਜਾ ਨੇਡੀਆਂ ਸੀ ਪਰ ਪ੍ਰਸਿੱਧ ਰਾਜਾ ਕਿਹੜਾ ਸੀ ਪ੍ਰਸਿੱਧ ਰਾਜਾ ਸੀ ਪਲਮਨਾਈ ਆਪਸ਼ਨ 3 ਜਿਹਨੂੰ ਮਦੂ ਕੁਸ਼ੀ ਵੀ ਕਹਾ ਦਿੱਤਾ ਜਾਂਦਾ ਸੀ ਮਰਦੂ ਕੁਸ਼ੀ ਕਲੀਅਰ ਕੁਐਸਚਨ ਨੰਬਰ 3 ਪਲਮਨਾਈ ਨੇ ਕਿਹੜੀ ਉਪਾਧੀ ਲਈ ਸੀ ਆਪਸ਼ਨ 2 ਪਲਵਨਾਈ ਨੇ ਪਾਲਮਾਲਾ ਨਾਮ ਦੀ ਉਪਾਧੀ ਲਈ ਸੀ ਧਾਰਨ ਕੀਤੀ ਸੀ ਪਾਲਮਾਲਾ ਕੁਐਸਚਨ ਨੰਬਰ 4 ਪਾਲਮਾਲਾ ਤੋਂ ਕੀ ਭਾਵ ਹੈ ਪਾਲਮਾਲਾ ਇਸ ਤੋਂ ਕੀ ਭਾਵ ਹੈ ਪਾਲਮਾਲਾ ਤੋਂ ਭਾਵ ਹੈ ਜਿਹੜਾ ਜ਼ਿਆਦਾ ਜੱਗ ਕਰਦਾ ਹੋਵੇ ਆਪਸ਼ਨ 1 ਪਾਲਮਾਲਾ ਤੋਂ ਭਾਵ ਜਿਹੜਾ ਜੱਗ ਜ਼ਿਆਦਾ ਕਰਦਾ ਹੋਵੇ ਇਸਨੇ ਬਹੁਤ ਜ਼ਿਆਦਾ ਜੱਗ ਕਰਵਾਏ ਸੀ ਪਲਮਨਾਈ ਨੇ ਜਿਸ ਕਰਕੇ ਇਸਨੇ ਪਾਲਨਾਮਾ ਉਪਾਧੀ ਲੱਤੀ ਤੇ ਇੱਕ ਬਹੁਤ ਹੀ ਸਤਰਾਜਾ ਸੀ ਕੁਐਸਚਨ ਨੰਬਰ 5 ਨੇੜਿਆਂ ਤੋਂ ਬਾਅਦ ਕਹਿੰਦੇ ਕੌਣ ਰਾਜਾ ਬਣਿਆ ਸੀ ਸੰਗਮ ਕਾਲ ਦੇ ਵਿੱਚ ਨੇਡੀਅਨ ਤੋਂ ਬਾਅਦ ਬਣਨ ਵਾਲਾ ਰਾਜਾ ਕਿਹੜਾ ਸੀ ਤਾਂ ਉਹ ਸੀ ਨੇਦੁਨ ਚੇਲੀਅਨ ਆਪਸ਼ਨ ਸੈਕਿੰਡ ਨੇਡੀਅਨ ਤੋਂ ਬਾਅਦ ਬਣਨ ਵਾਲਾ ਰਾਜਾ ਨੇਦੁਨ ਚੇਲੀਅਨ ਪਲਮਾਈ ਮਦਰੂਕਸ਼ੀ ਕੀ ਸੀ ਸਭ ਤੋਂ ਪ੍ਰਸਿੱਧ ਰਾਜਾ ਇੰਪੋਰਟੈਂਟ ਰਾਜਾ ਹੋਇਆ ਜਾਂ ਪ੍ਰਸਿੱਧ ਹੋਇਆ ਜਿਸ ਦੀ ਪ੍ਰਸਿੱਧੀ ਬਹੁਤ ਸੀ ਨੇਡੀਅਨ ਫਰਸਟ ਰਾਜਾ ਨੇਦੁਨ ਚੇਲੀਅਨ ਨੇਡੀਅਨ ਤੋਂ ਬਾਅਦ ਹੋਣ ਵਾਲਾ ਰਾਜਾ ਸੀ ਕੁਐਸਚਨ ਨੰਬਰ 6 ਨੇਦੁਨ ਚੇਲੀਅਨ ਨੇ ਕਿਸ ਨੂੰ ਹਰਾਇਆ ਸੀ ਨੇਦੁੰਜੇਲੀਅਨ ਨੇ ਨਾ ਆਰੀਅਨ ਲੋਕਾਂ ਨੂੰ ਹਰਾਇਆ ਸੀ ਆਪਸ਼ਨ 3 ਨੇਦੁੰਜੇਲੀਅਨ ਨੇ ਆਰੀਅਨ ਲੋਕਾਂ ਨੂੰ ਹਰਾਇਆ ਸੀ ਕੁਐਸਚਨ ਨੰਬਰ 7th ਨੇਦੁੰਜੇਲੀਅਨ ਬਾਰੇ ਕਿਸ ਤੋਂ ਜਾਣਕਾਰੀ ਮਿਲਦੀ ਹੈ ਹਾਂ ਹੁਣ ਆਪਾਂ ਨੂੰ ਨੇਦੁੰਜੇਲੀਅਨ ਬਾਰੇ ਜਾਣਕਾਰੀ ਮਿਲਦੀ ਹੈ ਕਿਸ ਤੋਂ ਮਿਲਦੀ ਆਪਾਂ ਨੂੰ ਇਹ ਜਾਣਕਾਰੀ ਤਾਂ ਉਹ ਮਿਲਦੀ ਆਪਾਂ ਮਦ ਕਰਾਏ ਕਾਜੀ ਕਵਿਤਾ ਤੋਂ ਮਦੁਰਈ ਕਾਜੀ ਕਵਿਤਾ ਤੋਂ ਮਿਲਦੀ ਆਪਾਂ ਨੂੰ ਇਸ ਬਾਰੇ ਜਾਣਕਾਰੀ ਕਵੈਸਚਨ ਨੰਬਰ 8 ਨੈਦੁੰਜੇਲੀਅਨ ਨੇ ਕਿਹੜਾ ਜੁੱਧ ਕੀਤਾ ਸੀ ਕਿਹੜਾ ਜੁੱਧ ਹੋਇਆ ਸੀ ਨੈਦੁੰਜੇਲੀਅਨ ਦੇ ਟਾਈਮ ਤੇ ਤੇ ਉਸਨੇ ਕਿਹੜਾ ਜੁੱਧ ਕੀਤਾ ਸੀ ਆਪਸ਼ਨ 1 ਨੈਦੁੰਜੇਲੀਅਨ ਨੇ ਤ੍ਰੇਯ ਅਲੰਗਨ ਜੁੱਧ ਹੋਇਆ ਸੀ ਇਸ ਟਾਈਮ ਤੇ ਜੇ ਕੀਤਾ ਸੀ ਨੈਦੁੰਜੇਲੀਅਨ ਨੇ ਤ੍ਰੇਯ ਅਲੰਗਨ ਜੁੱਧ ਕੀਤਾ ਸੀ ਕਵੈਸਚਨ ਨੰਬਰ 9 ਤ੍ਰੇਯ ਅਲੰਗਨ ਜੁੱਧ ਵਿੱਚ ਕੌਣ ਜਿੱਤ ਗਿਆ ਸੀ ਆਪਸ਼ਨ 2 ਤ੍ਰੇਯ ਅਲੰਗਨ ਜੁੱਧ ਦੇ ਵਿੱਚ ਨੇ ਦੁੰਝੇ ਲੀਨ ਜਿੱਤ ਗਿਆ ਸੀ ਕੁਐਸਚਨ ਨੰਬਰ 10th ਤਾਮਿਲ ਕਵੀਆਂ ਦੇ ਇੱਕ ਸਮੂਹ ਜਾਂ ਸਭਾ ਨੂੰ ਕੀ ਕਿਹਾ ਜਾਂਦਾ ਸੀ ਆਪਸ਼ਨ 4th ਤਾਮਿਲ ਕਵੀ ਜਦੋਂ ਇਕੱਠੇ ਹੋ ਜਾਂਦੇ ਸੀ ਨਾ ਉਹ ਇੱਕ ਸਮੂਹ ਬਣਾਉਂਦੇ ਸੀ ਜਾਂ ਸਭਾ ਹੋ ਜਾਂਦੀ ਸੀ ਉਹਨਾਂ ਦੀ ਤਾਮਿਲ ਕਵੀਆਂ ਦੀ ਇਕੱਠੇ ਹੋ ਕੇ ਜਦੋਂ ਉਹ ਸੰਗੀਤ ਤੇ ਉਹ ਕਰਦੇ ਸੀ ਕੰਮ ਕਰਦੇ ਸੀ ਤਾਮਿਲ ਸੰਗੀਤ ਤੇ ਤਾਮਿਲ ਕਵਿਤਾ ਤੇ ਕੰਮ ਕਰਦੇ ਸੀ ਤਾਂ ਉਹਨੂੰ ਕਿਹਾ ਜਾਂਦਾ ਸੀ ਸੰਗਮ ਸਮਾਗਮ ਤਾਂ ਉਹ ਸੰਗਮ ਸਮਾਗਮ ਹੁੰਦੇ ਸੀ ਜਿਸ ਕਾਲ ਦੇ ਵਿੱਚ ਸੰਗਮ ਸਮਾਗਮ ਸਭ ਤੋਂ ਵੱਧ ਹੋਏ ਉਸ ਕਾਲ ਨੂੰ ਸੰਗਮ ਕਾਲ ਕਿਹਾ ਜਾਣ ਲੱਗ ਗਿਆ ਸੀ ਕਲੀਅਰ ਹੁਣ ਸੰਗਮ ਕਾਲ ਦੇ ਸੰਗਮ ਸਮਾਗਮ ਪਤਾ ਲੱਗਿਆ ਕੀ ਹੋ ਗਿਆ ਤਾਮਿਲ ਕਵੀਆਂ ਦੇ ਇਕੱਠ ਨੂੰ ਸਮੂਹ ਨੂੰ ਜਾਂ ਉਹਨਾਂ ਦੀ ਸਭਾ ਨੂੰ ਸੰਗਮ ਸਮਾਗਮ ਕਹਿੰਦੇ ਨੇ ਜਿਹੜੇ ਇਹ ਕਾਲ ਦੇ ਵਿੱਚ ਸੰਗਮ ਸਮਾਗਮ ਸਭ ਤੋਂ ਵੱਧ ਹੋਏ ਹੋਏ ਨੇ ਉਸ ਦੇ ਵਿੱਚ ਕੀ ਹੋਇਆ ਸੀ ਸੰਗਮ ਕਾਲ ਕਿਹਾ ਜਾਣ ਲੱਗ ਪਿਆ ਉਹਨੂੰ ਜਿੱਥੇ ਸੰਗਮ ਸਮਾਗਮ ਜ਼ਿਆਦਾ ਹੋਏ ਹੋਣ ਕਵੈਸਚਨ ਨੰਬਰ 11 ਤਾਮਿਲ ਸਾਹਿਦ ਦਾ ਬਹੁਤ ਵਿਕਾਸ ਕਹਿੰਦੇ ਕਿਸ ਵੰਸ਼ ਦੇ ਸਮੇਂ ਹੋਇਆ ਸੀ ਹੁਣ ਸੰਗਮ ਕਾਲ ਇਤਨੀ ਕਲੀਅਰ ਹੋ ਜਾਂਦਾ ਹੈ ਕਵੈਸਚਨ ਦੇਖੋ ਜੇ ਪੇਪਰ ਦੇ ਵਿੱਚ ਇਦਾਂ ਦਾ ਕੋਈ ਕਵੈਸਚਨ ਆਂਦਾ ਨਾ ਤਾਂ ਥੋੜਾ ਜਿਹਾ ਕਵੈਸਚਨ ਨਾਲ ਆਪਸ਼ਨਸ ਨਾਲ ਹੀ ਲੇਟ ਕਰਕੇ ਦੇਖਿਆ ਕਰੋ ਤਾਮਿਲ ਸਾਹਿਦ ਤਾਮਿਲ ਸਾਹਿਦ ਦਾ ਵਿਕਾਸ ਕਦੋਂ ਹੋਇਆ ਜਦੋਂ ਸੰਗਮ ਕਾਲ ਆਇਆ ਸੰਗਮ ਕਾਲ ਕਿਹੜੇ ਵੰਸ਼ ਵੱਲੇ ਆਇਆ ਸੀਗਾ ਪਾਂਡਯਾ ਵੰਸ਼ ਵੱਲੇ ਸੋ ਤਾਮਿਲ ਸਾਹਿਦ ਦਾ ਵਿਕਾਸ ਵੀ ਕਿਹੜੇ ਵੰਸ਼ ਵੱਲੇ ਹੋਇਆ ਹੋਊਗਾ ਪਾਂਡਯਾ ਵੰਸ਼ ਵੱਲੇ অপশন সেকেন্ড তামিল সাহিত্য ਦਾ ਬਹੁਤ ਜ਼ਿਆਦਾ ਵਿਕਾਸ ਪਾਂਡੇ ਵੰਸ਼ ਦੇ ਸਮੇਂ ਹੋਇਆ ਸੀ ਜੇ ਗਿਵਰ ਕੋਈ ਕੁਸ਼ਨ ਹੈ ਜਾਂ ਆ ਜਾਂਦਾ ਨਾ ਵੀ ਉਲਸਾ ਉਜਾ ਨਾ ਸਮਝਣ ਵਾਲਾ ਹੋਵੇ ਤਾਂ ਉਹਨੂੰ ਨਾ অপਸ਼ਨਸ ਨਾਲ ਰਿਲੇਟ ਕਰਕੇ ਦੇਖਿਆ ਕਰੋ ਕੁਸ਼ਨ ਨੰਬਰ 12 ਸੰਗਮ ਕਾਲ ਨੂੰ ਹੋਰ ਕੀ ਕਿਹਾ ਜਾਂਦਾ ਸੀ অপশন 3 ਸੰਗਮ ਕਾਲ ਨੂੰ ਅਗਸਤਿਆਨ ਤੇ ਸੁਨਹਿਰੀ ਕਾਲ ਦੋਨੋਂ ਹੀ ਕਿਹਾ ਜਾਂਦਾ ਸੀ ਸੰਗਮ ਸਮਾਗਮ ਕਿੰਨੇ ਹੋਏ ਸਨ ਸੰਗਮ ਸਮਾਗਮ ਕਿੰਨੇ ਹੋਏ ਜਿਸ ਕਰਕੇ ਨੂੰ ਸੰਗਮ ਕਾਲ ਕੇ ਹਜਾਂ ਲੱਗ ਪਿਆ ਤਿੰਨ ਆਪਸ਼ਨ ਸੈਕਿੰਡ ਸੰਗਮ ਸਮਾਗਮ ਹੋਏ ਤਿੰਨ ਕੁਐਸਚਨ ਨੰਬਰ 14 ਪਹਿਲਾ ਸੰਗਮ ਸਮਾਗਮ ਕਿੰਨੇ ਹੋਇਆ ਸੀ ਆਪਸ਼ਨ 4 ਪਹਿਲਾ ਸੰਗਮ ਸਮਾਗਮ ਹੋਇਆ ਸੀ ਮਧੁਰਾਈ ਦੇ ਵਿੱਚ ਕੁਐਸਚਨ ਨੰਬਰ 15 ਪਹਿਲੇ ਸੰਗਮ ਸਮਾਗਮ ਸਮੇ ਕਿਹੜਾ ਚੇਅਰਮੈਨ ਸੀ ਚੇਅਰਮੈਨ ਕਿਹੜਾ ਸੀਗਾ ਪਹਿਲੇ ਸੰਗਮ ਸਮਾਗਮ ਦਾ ਤਾਂ ਉਹ ਸੀ ਅਗਸਤਿਆ ਆਪਸ਼ਨ 1st ਪਹਿਲੇ ਸੰਗਮ ਸਮਾਗਮ ਸਮੇਂ ਪ੍ਰਦਾਨ ਸੀ ਅਗਸਤਿਆ ਕੁਐਸਚਨ ਨੰਬਰ 16 ਪਹਿਲੇ ਸੰਗਮ ਸਮਾਗਮ ਵਿੱਚ ਕਿੰਨੇ ਲੋਕਾਂ ਨੇ ਹਿੱਸਾ ਲਿਆ ਸੀ ਆਪਸ਼ਨ ਫਸਟ ਪਹਿਲੇ ਸੰਗਮ ਸਮਾਗਮ ਦੇ ਸਮੇਂ 549 ਲੋਕਾਂ ਨੇ ਹਿੱਸਾ ਲਿਆ ਸੀ ਉਹ ਆਮ ਜਨਤਾ ਸੀ 549 ਸੀ ਨਾ ਜੋ ਉਹ ਆਮ ਜਨਤਾ ਨੇ ਪਾਗ ਲਿਆ ਸੀ ਕੁਐਸਚਨ ਨੰਬਰ 17 ਪਹਿਲੇ ਸੰਗਮ ਸਮਾਗਮ ਦੇ ਵਿੱਚ ਕਿੰਨੇ ਰਾਜਾਂ ਨੇ ਪਾਗ ਲਿਆ ਸੀ ਆਪਸ਼ਨ ਸੈਕਿੰਡ ਪਹਿਲੇ ਸੰਗਮ ਸਮਾਗਮ ਸਮੇਂ 89 ਰਾਜਿਆਂ ਨੇ ਭਾਗ ਲਿਆ ਸੀ ਤੇ 549 ਕਿਹੜੇ ਸੀ ਪਹਿਲੇ ਸਮਾਗਮ ਸਮੇਂ ਆਮ ਜਨਤਾ ਨਾਰਮਲ ਪੀਪਲ ਸੀਗੇ ਲੋਕ ਏ ਸੀ ਰਾਜੇ 89 ਕੌਣ ਸੀ ਰਾਜੇ 549 ਕੌਣ ਸੀ ਨਾਰਮਲ ਪੀਪਲ ਵੈਰੀ ਗੁੱਡ ਕੁਐਸਚਨ ਨੰਬਰ 18 ਦੂਜਾ ਸੰਗਮ ਸਮਾਗਮ ਕਿੱਥੇ ਹੋਇਆ ਸੀ ਆਪਸ਼ਨ 4 ਦੂਜਾ ਸੰਗਮ ਸਮਾਗਮ ਵੀ ਮਧੁਰਾਈ ਦੇ ਵਿੱਚ ਹੋਇਆ ਸੀ ਪਹਿਲਾ ਵੀ ਮਧੁਰਾਈ ਦੇ ਵਿੱਚ ਦੂਸਰਾ ਵੀ ਮਧੁਰਾਈ ਦੇ ਵਿੱਚ ਹੋਇਆ ਸੀ ਕੁਸਚ ਨੰਬਰ 90 ਦੂਜੇ ਸੰਗਮ ਸਮਾਗਮ ਦਾ ਚੇਅਰਮੈਨ ਕੌਣ ਸੀ ਆਪਸ਼ਨ 1st ਦੂਸਰੇ ਸੰਗਮ ਸਮਾਗਮ ਦੇ ਸਮੇਂ ਨਾ ਦੋ ਚੇਅਰਮੈਨ ਹੋਏ ਨਹੀਂ ਸਟਾਰਟਿੰਗ ਦੇ ਵਿੱਚ ਦੂਜੇ ਸੰਗਮ ਸਮਾਗਮ ਦਾ ਚੇਅਰਮੈਨ ਸੀ ਅਗਸਤਿਆ ਕਵੈਸਚਨ ਨੰਬਰ 20 ਹੈ ਦੂਸਰੇ ਸੰਗਮ ਸਮਾਗਮ ਦਾ ਦੂਸਰਾ ਚੇਅਰਮੈਨ ਕੌਣ ਸੀ ਜੋ ਬਾਅਦ ਵਿੱਚ ਬਣ ਗਿਆ ਸੀ ਅਗਸਤਿਆ ਤੋਂ ਬਾਅਦ ਬਣਨ ਵਾਲਾ ਸੀ ਚੇਅਰਮੈਨ ਤੁਕਾ ਪੀਰ ਆਪਸ਼ਨ ਸੈਕੰਡ ਦੂਸਰੇ ਸੰਗਮ ਸਮਾਗਮ ਦਾ ਦੂਸਰਾ ਚੇਅਰਮੈਨ ਸੀ ਤੁਕਾ ਪੀਰ ਕਵੈਸਚਨ ਨੰਬਰ 21 ਹੁਣ ਤੁਕਾ ਬੀਅਰ ਨੇ ਕਿਸ ਦਾ ਗ੍ਰਾਮਰ ਲਿਖਿਆ ਸੀ ਤੁਕਾ ਬੀਅਰ ਨੇ ਨਾ ਗ੍ਰਾਮਰ ਲਿਖਿਆ ਸੀ ਕਿਸ ਦਾ ਗ੍ਰਾਮਰ ਲਿਖਿਆ ਸੀ ਆਪਸ਼ਨ 4 ਤੁਕਾ ਬੀਰ ਨੇ ਤਾਮਿਲ ਭਾਸ਼ਾ ਦਾ ਗ੍ਰਾਮਰ ਲਿਖਿਆ ਸੀ ਤੇ ਯਕੀਨ ਮੰਨੋ ਇਹ ਨਾ ਬੁੱਕ ਉਸ ਟਾਈਮ ਤੇ ਸਭ ਤੋਂ ਜ਼ਿਆਦਾ ਬਿਕਨ ਵਾਲੀ ਤੇ ਫੇਮਸ ਬੁੱਕ ਹੋਈ ਸੀ ਤਾਮਿਲ ਦੀ ਗ੍ਰਾਮਰ ਕੁਐਸਚਨ ਨੰਬਰ 22 ਦੂਸਰੇ ਸਮਾਗਮ ਵਿੱਚ ਕਿੰਨੇ ਲੋਕਾਂ ਨੇ ਹਿੱਸਾ ਲਿਆ ਸੀ ਦੂਸਰੇ ਸਮਾਗਮ ਦੇ ਵਿੱਚ ਆਮ ਪੀਪਲ ਆਮ ਜਨਤਾ ਜਿਹੜੀ ਸੀ ਉਹਨਾਂ ਨੇ ਜਿਨ੍ਹਾਂ ਨੇ ਹਿੱਸਾ ਲਿਆ ਸੀ ਤਾਂ ਉਹ ਸੀਗੇ 49 ਲੋਕ ਆਪਸ਼ਨ 3 ਦੂਸਰੇ ਸਮਾਗਮ ਦੇ ਵਿੱਚ 49 ਲੋਕਾਂ ਨੇ ਹਿੱਸਾ ਲਿਆ ਸੀ ਕਵੈਸਚਨ ਨੰਬਰ 23 ਦੂਸਰੇ ਸਮਾਗਮ ਵਿੱਚ ਕਿੰਨੇ ਰਾਜਾਂ ਨੇ ਹਿੱਸਾ ਲਿਆ ਸੀ ਰਾਜ ਕਿੰਨੇ ਸੀ 59 ਆਪਸ਼ਨ 4 ਦੂਸਰੇ ਸਮਾਗਮ ਦੇ ਵਿੱਚ 59 ਰਾਜਾਂ ਨੇ ਹਿੱਸਾ ਲਿਆ ਸੀ ਕਵੈਸਚਨ ਨੰਬਰ 24 ਤੀਸਰਾ ਸੰਗਮ ਸਮਾਗਮ ਕਿੱਥੇ ਹੋਇਆ ਸੀ ਆਪਸ਼ਨ 4 ਤੀਸਰਾ ਸੰਗਮ ਸਮਾਗਮ ਉੱਤਰੀ ਮਦੁਰਾਈ ਦੇ ਵਿੱਚ ਹੋਇਆ ਸੀ ਹੋਇਆ ਤੀਸਰਾ ਸੰਗਮ ਸਮਾਗਮ ਵੀ ਮਦੁਰਾਈ ਦੇ ਵਿੱਚ ਹੈ ਬੱਟੋ ਮਦੁਰਾਈ ਦੇ ਉੱਤਰੀ ਪਾਰਟ ਦੇ ਵਿੱਚ ਹੋਇਆ ਸੀ ਤੀਸਰਾ ਸੰਗਮ ਸਮਾਗਮ ਉੱਤਰੀ ਮਦੁਰਾਈ ਦੇ ਵਿੱਚ ਹੋਇਆ ਸੀ ਕੁਐਸਚਨ ਨੰਬਰ 25 ਤੀਸਰੇ ਸੰਗਮ ਸਮਾਗਮ ਦਾ ਚੇਅਰਮੈਨ ਕੌਣ ਸੀ অপਸ਼ਨ 3 ਤੀਸਰੇ ਸੰਗਮ ਸਮਾਗਮ ਦਾ ਚੇਅਰਮੈਨ ਨਖੀਰਨ ਸੀ ਫਸਟ ਦਾ ਕੌਣ ਸੀ ਅਗਸਤਿਆ ਸੈਕਿੰਡ ਦਾ ਤੁਕਾਪੀਰ ਥਰਡ ਦਾ ਕੌਣ ਹੋ ਗਿਆ ਨਖੀਰਨ ਵੈਰੀ ਗੁੱਡ ਦੇਖ ਲਓ ਫਰਸਟ ਦਾ ਫਰਸਟ ਸੰਗਮ ਸਮਗਮ ਦਾ ਚੇਰਮੈਨ ਅਗਸਤਿਆ ਸਕਿੰਡਾ ਅਗਸਤਿਆ ਤੇ ਤੁਕਬੀਰ ਦੋਨੋ ਥਰਡਾ ਨਕੀਰਨ ਕੁਐਸਚਨ ਨੰਬਰ 26 ਨਕੀਰਨ ਨੇ ਕਿਹੜੀ ਕਿਤਾਬ ਲਿਖੀ ਸੀ ਨਕੀਰਨ ਨੇ ਲਿਖੀਆਂ ਚਾਰ ਕਿਤਾਬਾਂ ਉਹਨਾਂ ਦੇ ਨਾਮ ਉਤੁਗਤੀ ਪਤੂ ਪਤੂ ਪਤਨੀ ਨਕੀ ਲਕੂ ਨਕੂ ਇਹ ਚਾਰ ਕਿਤਾਬਾਂ ਲਿਖੀਆਂ ਸੀ ਨਕੀਰਨ ਨੇ ਆਪਸ਼ਨ 4th ਪ੍ਰੋਕਟ ਸਾਰੀਆਂ ਇਹ ਚਾਰੋਂ ਦੇ ਚਾਰਨੇ ਬੁੱਕਸ ਕਿਸ ਨੇ ਲਿਖਿਆ ਸੀ ਨਾ ਕਿਰਨ ਨੇ ਕੁਐਸਚਨ ਨੰਬਰ 27 ਤੀਸਰੇ ਸੰਗਮ ਸਮਾਗਮ ਵਿੱਚ ਕਿੰਨੇ ਲੋਕਾਂ ਨੇ ਹਿੱਸਾ ਲਿਆ ਸੀ ਆਮ ਜਨਤਾ ਕਿੰਨੇ ਲੋਕਾਂ ਨੇ ਹਿੱਸਾ ਲਿਆ ਸੀ 49 ਆਪਸ਼ਨ 2 ਤੀਸਰੇ ਸੰਗਮ ਸਮਾਗਮ ਦੇ ਵਿੱਚ 49 ਲੋਕਾਂ ਨੇ 49 ਲੋਕਾਂ ਨੇ ਪਾਰਟਿਸਪੇਟ ਕੀਤਾ ਸੀ ਕੁਐਸਚਨ ਨੰਬਰ 28 ਤੀਸਰੇ ਸੰਗਮ ਸਮਾਗਮ ਵਿੱਚ ਕਿੰਨੇ ਰਾਜਾਂ ਨੇ ਹਿੱਸਾ ਲਿਆ ਸੀ ਕਿੰਨੇ ਰਾਜਾਂ ਨੇ ਵਾਟਿਸਪੀਡ ਕੀਤਾ ਸੀ অপশন সেকেন্ড ਤੀਸਰੇ ਸੰਗਮ ਸਮਾਗਮ ਦੇ ਵਿੱਚ 49 ਰਾਜਾਂ ਨੇ ਹਿੱਸਾ ਲਿਆ ਸੀ ਕੁਐਸਚਨ ਨੰਬਰ 29 ਕਹਿੰਦੇ ਸੰਗਮ ਸਾਹਿਤ ਸਮਾਗਮ ਦੇ ਵਿੱਚ ਸਾਹਿਤ ਰਚਿਆ ਅੰਦਾ ਸੀ ਸੰਗਮ ਸਮਾਗਮ ਸੀ ਨਾ ਜਿਹੜਾ ਉਹਦੇ ਵਿੱਚ ਕਵੀ ਇਕੱਠੇ ਹੁੰਦੇ ਸੀ ਤਾਮਿਲ ਕਵੀ ਤਾਂ ਉਹ ਸਾਹਿਤ ਰਚਦੇ ਸੀ ਤਾਂ ਕਹਿੰਦੇ ਸੰਗਮ ਸਮਾਗਮ ਵਿੱਚ ਕਿਹੜਾ ਸਾਹਿਤ ਰਚਿਆ ਗਿਆ ਸੀ ਤਿੰਨ ਸੰਗਮ ਸਮਾਗਮ ਹੋਏ ਨੇ ਨਾ ਸੰਗਮ ਕਾਲ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਕਿਹੜਾ-ਕਿਹੜਾ ਸਾਹਿਤ ਰਚਿਆ ਗਿਆ ਉਦੇ ਵਿੱਚ ਛੋਟੀਆਂ ਕਵਿਤਾਵਾਂ ਵੀ ਲਿਖੀਆਂ ਗਈਆਂ ਵੱਡੀਆਂ ਕਵਿਤਾਵਾਂ ਵੀ ਲਿਖੀਆਂ ਗਈਆਂ ਮਹਾਕਾਵ ਵੀ ਲਿਖੇ ਗਏ ਆਪਸ਼ਨ 4 ਪ੍ਰਕਤ ਸਾਰੇ ਸਾਰੇ ਤਰ੍ਹਾਂ ਨਾਲ ਸਾਹਿਤ ਦਾ ਵਿਕਾਸ ਹੋਇਆ ਤਾਮਿਲ ਸਾਹਿਤ ਦੇ ਵਿੱਚ ਛੋਟੀਆਂ ਕਵਿਤਾਵਾਂ ਵੱਡੀਆਂ ਕਵਿਤਾਵਾਂ ਅਤੇ ਮਹਾਕਾਵ ਲਿਖੇ ਗਏ ਜਿਸ ਨਾਲ ਤਾਮਿਲ ਭਾਸ਼ਾ ਦੀ ਜਨ ਕੇ ਤਾਮਿਲ ਲੈਂਗੁਏਜ ਦੀ ਬਹੁਤ ਜ਼ਿਆਦਾ ਪ੍ਰਸਿੱਧੀ ਹੋ ਗਈ ਸੀ ਕੁਐਸਚਨ ਨੰਬਰ 30 ਸੰਗਮ ਸਮਾਗਮ ਵਿੱਚ ਕੁੱਲ ਕਿੰਨੀਆਂ ਰਚਨਾਵਾਂ ਰਚੀਆਂ ਗਈਆਂ ਸਨ ਹੁਣ ਕਵੀ ਇਕੱਠੇ ਹੋਏ ਤਾਂ ਰਚਨਾਵਾਂ ਮਰ ਰਚੀਆਂ ਗਈਆਂ ਕਿੰਨੀਆਂ ਰਚਨਾਵਾਂ ਰਚੀਆਂ ਗਈਆਂ ਤਿੰਨੋਂ ਸੁਭਾਗਮਾ ਦੇ ਵਿੱਚ ਟੋਟਲ 2289 ਆਪਸ਼ਨ 3 ਹਾਂਜੀ ਇਹ ਸੀ ਸਾਡਾ ਅੱਜ ਦਾ ਵੀਡੀਓ ਜੇਕਰ ਤੁਹਾਨੂੰ ਇਹ ਕੁਐਸਚਨ ਅੱਛੇ ਲੱਗੇ ਤਾਂ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਅਤੇ ਇਸ ਤਰ੍ਹਾਂ ਦੇ ਹੋਰ ਐਜੂਕੇਸ਼ਨਲ ਵੀਡੀਓਜ਼ ਦੇਖਣ ਦੇ ਲਈ ਸਾਡਾ ਹਾਈ ਫਾਈ ਐਗਜ਼ਾਮ ਸਟੱਡੀ ਚੈਨਲ ਵਿਜ਼ਿਟ ਕਰੋ ਅਤੇ ਸਬਸਕ੍ਰਾਈਬ ਵੀ ਜ਼ਰੂਰ ਕਰੋ ਥੈਂਕ ਯੂ